सत श्री अकाल जी, मैं हां निश्चय मस्ताना ते स्वागत है थोड़ा ट्राई सिटी न्यूज़ दे विच। खरड दे वार्ड नंबर 14 तो नगर काउंसिल दी चोण लड़ रहे आजाद उम्मीदवार गुरतेज सिंह सोनी, जिन्हां दा चोण निशान टेलीफोन है। गुरतेज ने अपना चोण प्रचार तेज करदे होए अज वार्ड दे वसनीका दे नाल मीटिंग रखी गई अते इस मीटिंग दे विच भरमा इकट्ठ देखण दे विच आया। इस मौके गुरतेज सिंह सोनी ने लोकां दी सेवा दे लई अंक एंबूलेंस फ्री सेवा लई भेट कीती ते कहा कि आउण वाली 14 तरीक नूं टेलीफोन वाला बटन दबा के मेरे हक दे विच वद तों वद वोटा पाओ ता जो मैं जित के वार्ड दे अधूरे काम पूरे कर सकां। होर की कुछ कहा उन्होंने वार्ड दे वसनीकां दे गुरतेज सोनी दे प्रति की विचार ने, आओ थानू भी सुनांदे आं। खरड़ तों कैमरामैन राहुल गुप्ता दे नाल डेविड वर्मा दी खास रिपोर्ट। नगर कौंसल दी चोणां नूं लै के जिहड़ा है अखाड़ा पूरी तरह भखदा नजर आ रहा है ते हर वार्ड दे विच हर उम्मीदवार जिहड़ा है जितण दे लई पूरा जोर लगा रहा है। मैं तुहानूं दिखाउणा जावांगा कि वार्ड नंबर 14 तों गुरतेज सोनी जो कि आजाद उम्मीदवार ने जिन्हां दा चोण निशान टैलीफोन है, अज उन्हां ने एक नुक्कड़ मीटिंग करी। नुक्कड़ मीटिंग दे विच जिहड़ा जन सैलाब उभर के आया है ते मैं गरीब वार्ड 14 दे आजाद उम्मीदवार कोई प्रोग्राम होवे किसे गरीब ने कोई दवाई बूटी होवे ये अपनी जेब चो पैसा दिंदे आ। कोई है एमसी लिया कहना जिहड़ा पुराना एमसी नूं कहो भी गुरद्वारा साहिब कल नूं लंगर लाउणा 1100 ਦੀ ਪਰਚੀ ਕਟਾ ਦਾ ਕਟਾ ਲਵੇ ਮੈਨੂੰ ਪੜ ਲਿਓ ਕੱਲ ਨੂੰ ਉਹਦੀ ਜਾ ਕੇ ਸਪੀਚ ਮੈਂ ਕਰਵਾ 1100 ਦੀ ਪਰਚੀ ਕਟਾ ਦੇਵੇ ਨਹੀਂ ਕਟਾ ਸਕਦਾ ਉਹ ਤਾਂ 1-1 ਰੁਪਇਆ ਇਕੱਠਾ ਕਰਦੇ ਫਿਰਦੇ ਆ। ਮੈਂ ਬੇਨਤੀ ਕਰਦਾ ਇਹ ਜੇ ਸਮਾਜ ਸੇਵੀ ਨੌਜਵਾਨ ਨੂੰ ਤੁਸੀਂ ਅੱਜ ਬਣਾ ਦੋਗੇ ਨਾ ਐਮਸੀ ਵੋਟਾਂ ਪਾ ਕੇ 14 ਤਰੀਕ ਨੂੰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਅਗਲੇ 5 ਸਾਲ ਦੇ ਵਿੱਚ ਆ ਕੇ ਮੈਂ ਦੁਬਾਰੇ ਸਪੀਚ ਕਰੂੰਗਾ ਜੇ ਨਾ ਤੁਹਾਡੇ ਕੰਮ ਕਰੇ ਮੈਂ ਸਪੀਚ ਨਹੀਂ ਕਰੂੰਗਾ। ਅੱਜ ਉਹਨਾਂ ਦੇ ਸਮਰਥਕ ਉਹਨਾਂ ਨੂੰ ਜਿਹੜੇ ਸਨਮਾਨ ਕਰ ਰਹੇ ਨੇ ਲਾਈਵ ਤਸਵੀਰਾਂ ਨੇ ਸੋਨੀ ਨੂੰ ਜਿਹੜਾ ਸਨਮਾਨ ਕੀਤਾ ਜਾ ਰਿਹਾ ਵਾਰਡ ਵਾਸੀਆਂ ਦੇ ਨਾਲ ਕਰ ਰਹੇ ਨੇ ਇਹ ਲਾਈਵ ਤਸਵੀਰਾਂ ਜਿਹੜੀਆਂ ਨੇ ਵਾਰਡ ਨੰਬਰ 14 ਦੀਆਂ ਨੇ ਤੇ ਸਾਡੇ ਨਾਲ ਨੇ ਵਾਰਡ ਦੇ ਕੁਝ ਵਸਨੀਕ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਜੋ ਮੀਟਿੰਗ ਉਰੇ ਵਾਰਡ ਨੰਬਰ 14 ਦੇ ਵਿੱਚ ਕੀਤੀ ਗਈ ਹੈ ਤੇ ਉਰੇ ਜਿਹੜਾ ਜਨ ਸੈਲਾਬ ਉੱਭਰ ਗਿਆ ਉਹਨਾਂ ਦੇ ਸਮਰਥਕ ਬਹੁਤ ਨੇ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ। ਮੇਰਾ ਨਾਮ ਰਣਜੀਤ ਸਿੰਘ ਹੈ ਜੀ ਤੇ ਇਸ ਨੌਜਵਾਨ ਨੂੰ ਦੇਖ ਕੇ ਜੰਗ ਏਜ ਨੂੰ ਦੇਖ ਕੇ ਵੀ ਆਉਣ ਵਾਲੀ ਜਿਹੜੀ ਮੁਸ਼ਕਲਾਂ ਸਾਡੇ ਪਹਿਲਾਂ ਵਾਰਡ 'ਚ ਰਹੀਆਂ ਉਹਨਾਂ ਮੁੱਖ ਰੱਖਦੇ ਹੋਏ ਜਿੰਨੀ ਸਾਰੀ ਸੰਗਤ ਉਹਨੇ ਰਲ ਮਿਲ ਕੇ ਇਕਜੁੱਟ ਦਾ ਫੈਸਲਾ ਕੀਤਾ ਤੇ ਗੁਰਦੇਵ ਸਿੰਘ ਸੋਨੀ ਨੂੰ ਐਮਸੀ ਦੇ ਇਲੈਕਸ਼ਨ ਦੇ ਲਈ ਸਿਲੈਕਟ ਕੀਤਾ ਤੇ ਸਾਸੀ ਦੇਖਦੇ ਆ ਇਹਨਾਂ ਅੰਦਰ ਜਜ਼ਬਾ ਵੀ ਕੁਛ ਕਹਿੰਦਾ ਜਜ਼ਬਾ ਇਹਨਾਂ ਦੇ ਅੰਦਰ ਹੈ ਇਹ ਕਰਕੇ ਵੀ ਦਿਖਾਉਣਗੇ ਤੁਹਾਡੇ ਸਾਹਮਣੇ ਇਹਨਾਂ ਨੇ ਸਭ ਕੁਝ ਕਿਹਾ ਇਸ ਲਈ ਸਾਰਿਆਂ ਦਾ ਸਮਰਥਨ ਇਹਨਾਂ ਦੇ ਨਾਲ ਹੈ ਦਿਲੋਂ ਸੱਚੇ ਨੇ ਇਸੇ ਤਰ੍ਹਾਂ ਹੀ ਵਾਰਡ ਦਾ ਵਿਕਾਸ ਕਰਨਗੇ ਅੱਗੇ ਤੋਂ ਸਾਡੀ ਇਹੀ ਚਾਹਨ ਹੈ ਇਹ ਹੋ ਕੇ ਰਹੇਗਾ। ਬਾਬਾ ਜੀ ਜੇ ਆਪਾਂ ਗੱਲ ਕਰੀਏ ਗੁਰਤੇਜ ਸੋਨੀ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ ਕਿਹੜੇ ਕਿਹੜੇ ਕੰਮ ਕਰਾ ਦਿੱਤੇ ਨੇ ਜੀ? ਬਹੁਤ ਸਮਾਜਿਕ ਕੰਮ ਕਰਾਏ ਨੇ ਸੜਕਾਂ ਸਾਫ ਬਣਵਾਈਆਂ ਨੇ ਤੇ ਇੱਥੇ ਜੋ ਵੀ ਸਕੂਲ ਦਾ ਕੰਮ ਰਹਿੰਦਾ ਸੀ ਪੈਂਡਿੰਗ ਉਹ ਵੀ ਯਾਦ ਕਰਾਇਆ ਦੱਸਿਆ ਸੀ ਨਾ ਵੀ ਸਕੂਲ ਦਾ ਗੇਟ ਟੁੱਟਿਆ ਹੋਇਆ ਤਾਂ ਬਹੁਤ ਦੇਰ ਦਾ ਲੰਘਦੇ ਤਾਂ ਸਾਰੇ ਸੀ ਸਾਰੇ ਐਮਸੀ ਲੰਘਦੇ ਸੀ ਪਰ ਬਿਨਾਂ ਐਮਸੀ ਤੋਂ ਵੀ ਤਾਂ ਇਹਨਾਂ ਨੇ ਫਿਰ ਸਾਰੇ ਗੇਟ ਦੀ ਮੁਕੰਮਲ ਤਿਆਰੀ ਕਰਾਈ ਹੈ। ਉੱਥੇ ਗਰੀਬ ਲੜਕੀਆਂ ਦੇ ਵਿਆਹ ਆਨੰਦ ਕਾਰਜ ਸਾਰੇ ਕਰਾਉਂਦੇ ਨੇ ਸਮਾਜਿਕ ਜੀਵਨ ਦੇ ਵਿੱਚ ਜਿੱਥੇ ਇਹਨਾਂ ਦੀ ਸਹੀ ਸੇਧ ਆ ਉੱਥੇ ਕੋਈ ਵੀ ਉਪਜੀਵ ਦੇ ਲਈ ਜਾਂ ਕੋਈ ਗਰੀਬ ਬੰਦਾ ਨਾ ਕੋਈ ਲੈ ਕੇ ਆਉਂਦਾ ਉਮੀਦ ਉਹਨੂੰ ਇਹ ਪੂਰਾ ਕਰਦੇ ਨੇ ਜਿੱਥੋਂ ਤੱਕ ਇਹਨਾਂ ਦੀ ਪਹੁੰਚ ਹੈ। ਤੇ 14 ਤਰੀਕ ਨੂੰ ਜਿਹੜੀ ਵੋਟਿੰਗ ਹੋਣੀ ਹੈ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ? ਲੋਕਾਂ ਨੂੰ ਇਹੀ ਅਪੀਲ ਕਰਦਾ ਵੀ ਪਹਿਲਾਂ ਤੁਸੀਂ ਸਾਰੇ ਨੁਮਾਇੰਦੇ ਦੇਖ ਲਏ ਪਰ ਹੁਣ ਅਸੀਂ ਐਤਕੀ ਵਾਰ ਸਾਰਿਆਂ ਨੇ ਰਲ ਮਿਲ ਕੇ ਗੁਰਤੇਜ ਸੋਨੀ ਨੂੰ ਆਪਣੇ ਜਿਧਾਣਾ ਟੈਲੀਫੋਨ ਦੀਆਂ ਦੱਬ ਕੇ ਬਟਨ ਜਿੰਦੇ ਵੱਧ ਵੱਧ ਲੀਡ ਦੇਣੀ ਇਹਨਾਂ ਨੂੰ। ਤੁਸੀਂ ਸੁਣਿਆ ਕਿ ਵਾਰਡ ਨੰਬਰ 14 ਤੋਂ ਜਿਹੜੇ ਸਮਰਥਕ ਦੇ ਗੁਰਤੇਜ ਸਿੰਘ ਸੋਨੀ ਦੇ ਇਹਨਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਾਰਡ ਜੋ 14 ਤਰੀਕ ਨੂੰ ਵੋਟਿੰਗ ਆ ਰਹੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਜੋ ਜੋ ਇਹਨਾਂ ਨੇ ਵਿਕਾਸ ਦੀ ਇੱਕ ਵਾਰਡ ਨੰਬਰ 14 ਦੇ ਵਿੱਚ ਲਹਿਰ ਉਠਾ ਰੱਖੀ ਹੈ ਉਹ ਜਿਹੜੀ ਹੈ ਪੂਰੀ ਕਰ ਸਕਣ ਤੇ ਸਾਡੇ ਨਾਲ ਵਾਰਡ ਦੇ ਕੁਝ ਹੋਰ ਵੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। 2 ਮਿੰਟ ਹਾਂਜੀ, ਮੇਰਾ ਨਾਮ ਮਹਿੰਦਰ ਸਿੰਘ ਆ। ਹਾਂਜੀ, ਮੇਰੀ ਜਿੰਨੇ ਵਿੱਚ ਹਾਂਜੀ ਵਾਰਡ ਨੰਬਰ 14 ਦੇ ਵੋਟਰ ਇਕੱਠੇ ਹੋਏ ਹੈ ਸਾਰਿਆਂ ਨੂੰ ਪੁਰਜ਼ੋਰ ਬੇਨਤੀ ਆ ਕਿ ਕਾਕਾ ਗੁਰਤੇਜ ਸਿੰਘ ਸੋਨੀ ਇੱਕ ਯੋਗ ਉਮੀਦਵਾਰ ਹੈ। ਅਸੀਂ ਆਪਣੇ ਇਲਾਕੇ ਵੱਲੋਂ ਆਪਣੇ ਮਹੱਲੇ ਵੱਲੋਂ ਇਹਨੂੰ ਮੀਟਿੰਗ ਕਰਕੇ ਚੁਣਿਆ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਤੁਹਾਡੇ ਸਹਿਯੋਗ ਨਾਲ ਜਿੱਤਣਾ, ਤੁਸੀਂ ਇੱਕ ਇੱਕ ਵੋਟ ਸਾਡੇ ਯੋਗ ਉਮੀਦਵਾਰ ਨੂੰ ਪਾ ਕੇ ਕਾਮਯਾਬ ਬਣਾਓ। ਬਾਕੀ ਜਿੱਤ ਦਾ ਜਿਹੜਾ ਸਿਹਰਾ ਤੁਹਾਡਾ ਸਾਰਿਆਂ ਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਮੇਰਾ ਨਾਮ ਜਸਵਿੰਦਰ ਚੋਪੜਾ ਜੀ, ਮੈਂ ਇਸ ਵਾਰਡ ਨੰਬਰ 14 ਦਾ ਵਸਨੀਕ ਹਾਂ।
ਆਪਾਂ ਇੱਕ ਮਕਸਦ ਹੈ ਜੀ ਸਾਡਾ ਜਿਹੜਾ 27 ਵਾਰਡਾਂ ਦੇ ਵਿੱਚੋਂ ਸਾਡਾ ਜਿਹੜਾ ਵਾਰਡ ਹੈ ਸਭ ਤੋਂ ਜ਼ਿਆਦਾ ਪਿਛੜਿਆ ਹੋਇਆ ਹੈ। ਅਸੀਂ ਆਪਣੇ ਵਾਰਡ ਨੂੰ ਸ਼ਹਿਰੀ ਤੌਰ ਤੇ ਵਿਕਾਸ ਕਰਾਉਣਾ ਹੈ ਜੀ, ਇਹਦਾ ਡਿਵੈਲਪਮੈਂਟ ਕਰਾਉਣੀ ਹੈ, ਜਿਹੜਾ ਕਿ ਸਾਡਾ ਕੀ ਹੈ ਆਪਣਾ ਸਾਡੇ ਜਿੰਨੇ ਵੀ ਵੋਟਰਸ ਨੇ ਇਹਨਾਂ ਦੀ ਐਫਰਟਸ ਦੇ ਨਾਲ ਹੀ ਹੋਏਗਾ। ਸਾਨੂੰ ਇਹ ਚੋਣ ਨਿਸ਼ਾਨ ਸਾਡੇ ਟੈਲੀਫੋਨ ਤੇ ਪਾਉਣ, ਜਿਤਾਉਣ ਤੇ ਜਿੱਤ ਹਾਸਲ ਕਰਨ ਤੇ ਸੋਨੀ ਸਿੱਧੂ ਨੂੰ ਆਪਾਂ ਆਪਣਾ ਖਰੜ ਸ਼ਹਿਰ ਦੇ ਵਿੱਚ ਨਗਰਪਾਲਿਕਾ 'ਚ ਲੈ ਕੇ ਜਾਈਏ ਤੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਲੀਡ ਕਰਾ ਕੇ ਆਪਣਾ ਆਪਣੇ ਸ਼ਹਿਰ ਦਾ ਆਪਣੇ ਹਲਕੇ ਦਾ ਵਾਰਡ ਨੰਬਰ 14 ਦਾ ਵਿਕਾਸ ਕਰਵਾਈਏ। ਤੁਸੀਂ ਸੁਣਿਆ ਕਿ ਵਾਰਡ ਦੇ ਲੋਕਾਂ ਦਾ ਜਿਹੜਾ ਹੈ ਗੁਰਤੇਜ ਸੋਨੀ ਦੇ ਪ੍ਰਤੀ ਜਿਹੜਾ ਕਿੰਨਾ ਵਿਸ਼ਵਾਸ ਵੱਧਦਾ ਨਜ਼ਰ ਆ ਰਿਹਾ, ਇਸੀ ਵਿਸ਼ਵਾਸ ਦੇ ਕਾਰਨ ਕਹਿ ਲਓ ਜਾਂ ਉਹਨਾਂ ਨੇ ਜਿਹੜੇ ਇਲੈਕਸ਼ਨ ਲੜਨ ਤੋਂ ਪਹਿਲਾਂ ਜਿਹੜੇ ਵਿਕਾਸ ਦੇ ਕੰਮ ਕਰਵਾਏ ਨੇ ਉਹਨਾਂ ਨੂੰ ਲੈ ਕੇ ਜਿਹੜਾ ਹੈ ਲੋਕ ਇਹਨਾਂ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ। ਸਾਡੀ ਇੱਕ ਭੈਣ ਵੀ ਹੈ ਉਹਰੇ ਵਾਰਡ ਤੋਂ, ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਗੁਰਤੇਜ ਸੋਨੀ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ ਕੀ ਕੰਮ ਕਰਾਏ ਨੇ ਤੇ ਉਹਨਾਂ ਦਾ ਭਰੋਸਾ ਉਹਨਾਂ 'ਤੇ ਕਿੰਨਾ ਕੁ ਹੈ। ਹਾਂਜੀ ਭੈਣ ਜੀ, ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਜੀ ਐਂਟੀ ਕਰਪਸ਼ਨ ਦੀ ਮਹਿਲਾ ਵਿੰਗ ਵੱਲੋਂ ਪ੍ਰਧਾਨ ਹਾਂ ਜੀ, ਖਰੜ ਜ਼ਿਲ੍ਹੇ ਦੀ ਜੀ। ਠੀਕ ਹੈ ਜੀ, ਪਰ ਲੇਕਿਨ ਸੋਨੀ ਵੀਰੇ 'ਤੇ ਆਪਾਂ ਨੂੰ ਇੰਨਾ ਕੁ ਮਾਣ ਹੈ ਜੀ, ਬਹੁਤ ਜ਼ਿਆਦਾ। ਠੀਕ ਹੈ ਜੀ, ਮੈਂ ਹਰੇਕ ਵਿਅਕਤੀ ਨੂੰ ਇਹੀ ਕਹਿਣਾ ਚਾਹੁੰਦੀ ਹਾਂ, 14 ਨੰਬਰ ਵਾਰਡ ਦੇ ਬੰਦੇ ਨੂੰ, ਵੀ ਕਿ ਸੋਨੀ ਨੂੰ ਵੱਧ ਤੋਂ ਵੱਧ ਜਿੰਨੀਆਂ ਵੋਟਾਂ ਪਈਆਂ ਜਾਣ ਉਹ ਬਹੁਤ ਥੋੜ੍ਹੀਆਂ ਨੇ ਜੀ, ਵੱਧ ਤੋਂ ਵੱਧ ਵੋਟ ਪੈਣੀ ਚਾਹੀਦੀ ਹੈ ਜੀ। ਇਹੀ ਸਾਨੂੰ ਐਮ ਸੀ ਚਾਹੀਦੀ ਹੈ ਜੀ, ਇਸ ਤੋਂ ਇਲਾਵਾ ਸਾਨੂੰ ਕੋਈ ਹੋਰ ਐਮ ਸੀ ਨਹੀਂ ਚਾਹੀਦਾ। ਤੁਸੀਂ ਸੁਣਿਆ ਕਿ ਵਾਰਡ ਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ, ਵਿਸ਼ਵਾਸ ਵੀ ਤਾਂ ਹੀ ਹੈ ਅਗਰ ਉਹਨਾਂ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ ਜਿਹੜੇ ਹੈ ਵਾਰਡ ਦੇ ਵਿਕਾਸ ਦੇ ਕੰਮ ਸ਼ੁਰੂ ਕਰ ਦਿੱਤੇ ਨੇ। ਸਾਡੇ ਨਾਲ ਉਹ ਸ਼ਖਸ ਨੇ ਜੋ ਵਾਰਡ ਨੰਬਰ 14 ਤੋਂ ਇਲੈਕਸ਼ਨ ਲੜ ਰਹੇ ਨੇ, ਗੁਰਤੇਜ ਸੋਨੀ ਜੀ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਅੱਜ ਉਹਨਾਂ ਨੂੰ ਜਿਹੜੇ ਇਸ ਮੀਟਿੰਗ ਦੇ ਵਿੱਚ ਲੋਕਾਂ ਦਾ ਇੰਨਾ ਭਾਰੀ ਸਮਰਥਨ ਮਿਲ ਰਿਹਾ ਹੈ ਮਿਲਿਆ ਹੈ ਤੇ ਉਸ ਦੇ ਬਾਰੇ ਉਹਨਾਂ ਲੋਕਾਂ ਪ੍ਰਤੀ ਕੀ ਕਹਿਣਾ ਚਾਹੁੰਦੇ ਨੇ ਤੇ ਉਹਨਾਂ ਦੇ ਕੀ ਸੁਪਨੇ ਨੇ ਵਾਰਡ ਦੇ ਵਿੱਚ, ਕੀ ਕੰਮ ਕਰਾਉਂਗੇ ਤੇ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਸੋਨੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜੋ ਸਭ ਨੇ ਦੇਖਿਆ ਹੀ ਹੈ ਵੀ ਇੰਨਾ ਇਕੱਠ ਹੋ ਗਿਆ ਸੀ ਇੱਥੇ, ਇਹ ਮੇਰੇ ਇੱਕ ਸੱਦੇ ਪੱਤਰ 'ਤੇ ਆਉਣ ਵਾਲੇ ਨੇ, ਇਹਨਾਂ ਨੂੰ ਪਤਾ ਹੈ ਵੀ ਜੋ ਸਾਡੇ ਅਧੂਰੇ ਕੰਮ ਨੇ ਉਹ ਮੈਂ ਦਿਲ ਤੋਂ ਕਰਾਊਂਗਾ। ਜੋ ਰਹਿੰਦੇ ਕੰਮ 14 ਨੰਬਰ ਵਾਰਡ ਦੇ ਨੇ, ਜੋ ਵੀ ਤੁਸੀਂ ਮੰਨ ਲਓ ਪਾਰਕਾਂ ਦੇ ਕੰਮ ਹੋ ਗਏ, ਕਮਿਊਨਿਟੀ ਸੈਂਟਰ ਦੇ ਕੰਮ ਹੋ ਗਏ, ਸਕੂਲ ਨੂੰ ਅਪਗ੍ਰੇਡ ਦੇ ਕਰਾਉਣ ਦੇ ਕੰਮ ਹੋ ਗਏ, ਜੋ ਪਏ ਇੱਥੇ ਆਪਣੀ ਕਮੇਟੀ ਦੇ ਜੋ ਜ਼ਮੀਨਾਂ ਪਈਆਂ ਨੇ ਉਹ 'ਚ ਪਾਰਕਾਂ ਬਣਾਉਣ ਦੇ ਕੰਮ ਹੋ ਗਏ, ਕੋਈ ਵੀ ਛੋਟੇ ਤੋਂ ਲੈ ਕੇ ਵੱਡੇ ਕੰਮ ਤੱਕ, ਮੈਂ ਆਪਣਾ ਤਨ ਮਨ ਨੂੰ 14 ਨੰਬਰ ਵਾਰਡ ਨੂੰ ਸਮਰਪਿਤ ਕਰਦਾ। ਇਹ 5 ਸਾਲ ਲਈ ਨਹੀਂ, ਮੈਂ ਸਾਰੀ ਉਮਰ ਲਈ ਕਰਦਾ ਜਿੰਨੀ ਦੇਰ ਮੇਰੇ ਸਾਹ ਚੱਲਦੇ ਨੇ। ਅਤੇ ਜੋ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ, ਵੀ 14 ਨੰਬਰ ਵਾਰਡ ਦੇ ਵਿੱਚ ਮੈਂ ਇੱਕ ਐਂਬੂਲੈਂਸ ਆਪਣੇ 14 ਨੰਬਰ ਵਾਰਡ ਦੇ ਵਾਸੀਆਂ ਲਈ ਮੈਂ ਗਿਫਟ ਕਰ ਰਿਹਾ, ਗਿਫਟ ਵੀ ਲਾ ਲਓ ਵਿੱਚ ਮੇਰੇ ਸੇਵਾ ਵੱਲੋਂ ਲਾ ਲਓ। ਮੈਂ ਤੁਹਾਡੇ ਲਈ 14 ਨੰਬਰ ਵਾਰਡ ਲਈ ਗਿਫਟ ਐਂਬੂਲੈਂਸ ਕਰ ਰਿਹਾ, ਅਤੇ ਤੁਸੀਂ ਮੇਰਾ 14 ਤਰੀਕ ਨੂੰ ਦਿਨ ਐਤਵਾਰ ਨੂੰ ਸਾਥ ਦਿਓ, ਮੈਂ ਤੁਹਾਨੂੰ ਵੱਧ ਤੋਂ ਵੱਧ ਵੋਟਾਂ ਨਾਲ ਮੈਨੂੰ ਜਿਤਾਓ, ਮੈਂ ਤੁਹਾਡਾ ਸਾਰੀ ਉਮਰ ਲਈ ਰਿਣੀ ਰਹੂੰਗਾ ਜੀ। ਤੁਸੀਂ ਸੁਣਿਆ ਕਿ ਗੁਰਤੇਜ ਸੋਨੀ ਜੋ ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਨੇ, ਇਹਨਾਂ ਦਾ ਚੋਣ ਨਿਸ਼ਾਨ ਜਿਹੜਾ ਟੈਲੀਫੋਨ ਹੈ, ਇਹਨਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਮੇਰਾ ਸਾਥ ਦਿਓ ਅਤੇ ਵਾਰਡ ਦੇ ਲਈ ਜਿਹੜਾ ਇੱਕ ਇਹਨਾਂ ਦਾ ਬਹੁਤ ਵੱਡਾ ਅਤੇ ਵਧੀਆ ਉਪਰਾਲਾ ਹੈ, ਇੱਕ ਐਂਬੂਲੈਂਸ ਜੋ ਇਹਨਾਂ ਨੇ ਜਿਹੜੀ ਹੈ ਭੇਂਟ ਕੀਤੀ ਹੈ। ਅਤੇ ਸਾਡੇ ਨਾਲ ਕੁਛ ਹੋਰ ਵੀ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਸ਼ੋਰਟਲੀ। ਮੇਰਾ ਨਾਮ ਹਰੀਅਮ ਕੌਸ਼ਲ ਹੈ ਜੀ, ਅਤੇ ਮੈਂ ਛੱਜੂ ਮਾਜਰਾ ਕਲੋਨੀ ਦਾ ਵਸਿੰਦਾ, ਅਤੇ ਮੈਂ ਸਾਰੇ ਜਿੰਨੇ ਵੀ ਸਾਡੇ ਇੱਥੇ ਬੰਦੇ ਆਏ ਨੇ ਆਹ 1500, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਇਹ ਲੋਕ ਕਿਸੇ ਲਾਲਚ ਨੂੰ ਨਹੀਂ ਆਏ, ਇਹ ਦਿਲੋਂ ਸਪੋਰਟ ਕਰ ਰਹੇ ਨੇ ਸਾਡੀ, ਅਤੇ ਇਹਦੇ ਵਿੱਚ ਕੋਈ ਬਾਹਰੋਂ ਭੀੜ ਨਹੀਂ ਅਸੀਂ ਇਕੱਠੀ ਕੀਤੀ, ਇਹ ਸਾਡੇ ਵਾਰਡ ਨੰਬਰ 14 ਦੇ ਸਾਰੇ ਵੋਟਰ ਨੇ ਜਿਹੜੇ ਕਿ ਜਨ ਸੈਲਾਬ, ਇਹਨਾਂ ਨੇ ਆ ਕੇ ਤੁਹਾਨੂੰ ਦੇਖਿਆ ਤੁਸੀਂ ਸਾਰਾ ਜਨ ਸੈਲਾਬ ਇਹ ਉੱਥੋਂ ਹੀ ਆਇਆ, ਵਾਰਡ ਨੰਬਰ 14 ਦੇ ਸਾਰੇ ਵੋਟਰ ਨੇ, ਅਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਇਹਨਾਂ ਨੂੰ ਦੇਖ ਕੇ ਤੁਸੀਂ ਇਹ ਦੇਖ ਲਓ ਕਿ ਗੁਰਤੇਜ ਸਿੰਘ ਸੋਨੀ ਕਿੰਨਾ ਮਤਲਬ ਪਾਪੂਲਰ ਬੰਦਾ ਹੈ ਔਰ ਇਹ ਸਮਾਜ ਸੇਵਾ ਕਰਦੇ ਨੇ। ਬਸ ਇੰਨਾ ਹੀ ਕਹੂੰਗਾ ਵੀ ਆਉਣ ਵਾਲੀ 14 ਤਾਰੀਖ ਨੂੰ ਟੈਲੀਫੋਨ ਦਾ ਬਟਨ ਦਬਾ ਕੇ ਇਹਨਾਂ ਨੂੰ ਇੱਕ ਮੌਕਾ ਦਿਓ ਤਾਂ ਕਿ ਅਸੀਂ ਤੁਹਾਨੂੰ ਮਾਣ ਜਿਹੜਾ ਹੈ ਉਹ ਪ੍ਰਾਊਡ ਫੀਲ ਕਰਾ ਸਕੀਏ, ਅਤੇ ਇਹ ਤੁਹਾਡੇ ਸਾਰੇ ਕੰਮ ਜਿਹੜੇ ਅਧੂਰੇ ਪਏ ਨੇ ਉਹਨੂੰ ਪੂਰਾ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣਿਆ ਕਿ ਗੁਰਤੇਜ ਸੋਨੀ ਵੱਲੋਂ ਜਿਹੜੇ ਹੈ ਇੰਨੇ ਕੰਮ ਕਰਾਏ ਗਏ ਨੇ, ਲੋਕ ਉਹਨਾਂ ਦੇ ਨਾਲ ਜਿਹੜੇ ਤਾਂ ਹੀ ਜੁੜੇ ਨੇ, ਅਤੇ ਇੱਕ ਇਹਨਾਂ ਨੇ ਐਂਬੂਲੈਂਸ ਵੀ ਭੇਟ ਕੀਤੀ ਹੈ, ਅਤੇ ਇਹਨਾਂ ਦੇ ਸੁਪਨੇ ਨੇ ਕਿ ਜਿੱਤਣ ਤੋਂ ਬਾਅਦ ਜਿਹੜਾ ਹੈ ਵਾਰਡ ਦੇ ਵਿੱਚ ਜਿਹੜੇ ਪਾਰਕਾਂ ਦਾ ਕੰਮ ਕਰਾਇਆ ਜਾਊਗਾ, ਓਪਨ ਜਿਮ ਖਿਲਾਇਆ ਜਾਊਗਾ, ਅਤੇ ਵਧੀਆ ਜਿਹੜੇ ਬੱਚਿਆਂ ਦੇ ਖੇਡਣ ਲਈ ਪਲੇ ਗਰਾਊਂਡ ਬਣਾਏ ਜਾਣਗੇ, ਇਹਨਾਂ ਦੇ ਸੁਪਨੇ ਤਾਂ ਹੀ ਸਾਕਾਰ ਹੋ ਸਕਦੇ ਅਗਰ ਲੋਕ ਇਹਨਾਂ ਨੂੰ ਵੱਧ ਤੋਂ
ਖੁਦ ਵੋਟਾਂ ਪਾ ਕੇ ਆਉਣ ਵਾਲੀ 14 ਤਰੀਕ ਨੂੰ ਜਿਤਾ ਕੇ ਨਗਰ ਕੌਂਸਲ ਦੇ ਵਿੱਚ ਪਹੁੰਚਾਉਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਖਰੜ ਤੋਂ ਕੈਮਰਾਮੈਨ ਰਾਹੁਲ ਗੁਪਤਾ ਦੇ ਨਾਲ ਲੈਫਟ ਰਾਈਟ ਨਿਊਜ਼ ਦੇ ਲਈ ਡੈਵਿਡ ਵਰਮਾ ਦੀ ਰਿਪੋਰਟ।